नहीं गए वैसे यार यार 40 रुपए का एक पीस है, बाकी 10 दिन अपने साथ ला ली। तो बाहर वे पतंग भी लगे हुए अंकल होना को, तो आज छोटे भी है आ पांच ले ना सारा स्टॉक, अभी पांच लाया वही पांच अभी पांच ले सारा। तो लूडो लवर रस्ते भी है यार, लूडो का पतंग जे लूडो वाला पतंग काफ़ी कराई। तो हाँ जी गाइस वेलकम बैक टू चैनल, होप कर रहा सारे वधिया हो गए। जिमें कि पिछले काइट लोग ने यार काफ़ी ज़्यादा वधिया रिस्पोंस दिता, तो उत्ते व्यू भी काफ़ी वधिया आए थे। ठीक है तो करके आप यार अज एक होर ब्लॉग बना चले हैं, पर काइट ओरिजिनल किदा हों तो की प्राइजिंग है वो, ठीक है। तो बाकी जे कि ने पिछला काइट वाला ब्लॉग नहीं देखा, मैं डिस्क्रिप्शन से लिंक बाद में जाकर जरूर चैकआउट करियो एक करी सारे, ठीक है। तो हम आप जाने तो जाके थानू दिखाते हैं गड्डू वगैरह। तो बाकी यार जो वीडियो वधिया लगती है चैनल में सबसक्राइब जरूर कर दिया करो, तो वीडियो में लाइक जरूर करो, तो कमेंट करके भी दस्या करो वीडियो कि लगती है, जे कुछ गलतियां होंगे तो वह भी दस्या करो, आप जरूर इंप्रूव करा, तो जाके थानू मिलते हैं। स्टार्टिंग इतो कर दी करना ले ला पतंग करना ले ला आ कड़ा है पांच रुपए दर्जन अंकल आ किन्ने दा पीस है 40 रुपए का यार 40 रुपए का एक पीस है, बाकी 10 दिन अपने हिसाब से ला ली। तो बाहर वे पतंग भी लगे हुए अंकल होना को, तो आज छोटे भी है आ पांच ले ना सारा स्टॉक, अभी पांच लाया वही पांच अभी पांच ले सारा। डिजाइन च दिखा दो भाई कोई अखड़ उखड़ जिदा दर्जन डिजाइन कोई दूसरा दिखा दो गोल अखा बाकी मूस वाला भी लगा है, अखड़ भी लगा, भूत भी लगा है। कितने रुपए का है? 90 रुपए दर्जन। तो महंगा है यार, बाकी वैरायटी हैगी है वादू है कई तो पतंग लिया तो हम इतने आए आप इतने लवेंगे दो तीन पतंगा जी रह गई कर दो तुम 20-25 पहला सोच ला कि 20 लैने आप तीनों करके तो ही 30 पा दो। सिद्धू मूसे वाला ले, सिद्धू मूसे वाला दे दो।
ਤੇ ਭਾਈ ਇਹ ਪੂਤੜ ਕਿੰਨੇ ਦਾ ਹੈ 10 10 ਪਾ ਦੇ ਵੀ ਆ ਪੂਤੜ ਆ ਪੂਤੜ 25 ਰੁਪਏ ਗੱਲ ਬਾਤ ਆ ਨਾ ਫਿਰ 25 ਰੁਪਏ ਚ 25 ਰੁਪਏ ਚ ਗੱਲ ਬਾਤ ਪੂਰੀ ਹੈ ਹੈਂ ਬਈ ਅੰਜੇ ਤੇ ਮੱਛੇ ਵੀ ਦੇ ਦੇ ਤੁਸੀਂ ਤੁਨੇ ਆਪਣਾ 10 ਉਹ ਤੇ ਆਵਲ ਲਾ ਕੇ ਨੇ ਦਾ 5 ਦਾ ਪੀਸ ਹੈ ਨਾ ਹਾਂ 5 ਦਾ ਹੀ ਹੈ ਨਾ ਵੀ ਚਲੋ ਹੀ 10 10 10 30 ਕਰ ਆ ਤੇਰੇ ਵੇਖਿਆ ਨਹੀਂ ਹਾਲ ਲੈਣੇ ਹੈਗਾ ਹਾਂ ਬਈ ਆ ਵੀ 10 ਕਰ ਦੋ ਪਤੰਗਾ ਤਾਂ ਬਾਦੂ ਨੇ ਕੋ ਜਿੰਨੀ ਮਰਜ਼ੀ ਪਤੰਗ ਲੋ ਆ ਕਿਹੜੀ ਹੈ ਆ ਵੀ 5 ਦੀ ਭਾਜੀ ਤੁਸੀਂ ਕਿੱਥੇ ਲਗਾ ਕੇ ਰੱਖਦੇ ਨੇ ਸੋਹਣੀ ਸੋਹਣੀ ਪਤੰਗਾ ਹੈਪੀ ਲੋੜੀ ਲੋੜੀ ਤਾਂ ਲੰਗੀ ਆ ਫਿਰ ਐਮ ਲੋੜੀ ਨਹੀਂ ਦੇਖੀ ਬਸੰਤ ਸਾਨੂੰ ਤੇ ਬਸੰਤ ਵਾਲਾ ਮਾਲ ਲਿਓ ਮੈਂ ਸਿੰਪਲ ਪੂਤ ਅੱਜ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੰਦੇ ਨੱਤੀਆਂ ਵਾਲਾ ਭੂਤ ਹਾਂਜੀ ਨੱਤੀਆਂ ਵਾਲਾ ਭੂਤ ਨਾ ਨੱਤੀਆਂ ਮਾਈਆਂ ਦੇਖ ਰਹੇ ਬਾਕੀ ਚ ਰੱਖੜੇ ਵੀ ਪਏ ਭਾਈ ਜਨਾਂ ਕੋ ਆ ਵੀ ਪਾ ਦਿਓ ਮੜੀ ਜੀ 5 ਪੀਸ ਆ ਪਾ ਦਿਓ ਪ੍ਰਿੰਸ ਮਾਂਜਾ ਆ ਕਿੰਨੇ ਵਾਲਾ ਭਾਈ ਪ੍ਰਿੰਸ ਮਾਂਜਾ 260 70 ਦਾ ਬਿਟੂ ਹੈ ਤੇ ਗਾਇਸ ਬਾਕੀ ਇਹਨਾਂ ਕੋ ਵੀ ਸਟਾਕ ਹੈਗਾ ਕਾਫੀ ਪਤੰਗਾ ਦਾ ਆ ਦੇਖ ਲਓ ਨਹੀਂ ਨਹੀਂ 5 ਕਰਕੇ ਪਾਉ ਭਾਈ ਇਹਨਾਂ ਕੋ ਇੰਨੀ ਕਾ ਕਹੀ ਨਹੀਂ ਹੋਰ ਅੰਕਲ ਜੀ ਬਿਟੂ ਟੁ ਲਿਆ ਦਿਓ ਆ ਵੀ ਪਤੰਗਾ ਵੱਡਾ ਉਹ ਤੀਲਾ ਮੋ ਅੱਖੜ ਵੀ ਪਏ ਨੇ ਆ ਤੇ ਇਹਨਾਂ ਦੇ ਸਿਲ ਚ ਚੁੱਛਾ ਹੀ ਕਿੱਥੇ ਰੱਖਿਆ ਸੀਗਾ ਚੁੱਛਾ ਭਾਈ 20 ਪਾ ਦਿਓ ਭਾਈ ਅੱਖੜ ਤੇ ਹੋਰ ਵੀ ਡਿਜ਼ਾਈਨ ਹੈਗਾ ਨਾ ਤੇ ਇੱਕ ਗੋਲ ਵਾਲਾ ਡਿਜ਼ਾਈਨ ਪਾ ਆ ਕਿੰਨੇ ਭਾਈ ਹੈ मोरनी डिजाइन भी है ਤੇ ਚਮਕੀਲੀ ਅੱਖੜ ਨਹੀਂ ਹੈਗੀ ਬਾਕੀ ਇਹ 5 ਰੁਪਏ ਡਿਜ਼ਾਈਨ ਚ ਆ ਕਾਫੀ ਯੂਨੀਕ ਹੀ ਆ ਡਿਜ਼ਾਈਨ ਆ ਦੇਖੋ ਇਹ ਕਾਫੀ ਘੱਟ ਹੀ ਡਿਜ਼ਾਈਨ ਆਉਂਦੇ ਆ ਤੇ ਆ ਵੀ ਕਾਫੀ ਯੂਨੀਕ ਜਿਹਾ ਡਿਜ਼ਾਈਨ ਆ ਇਹਦੇ ਵਿੱਚ ਇਹ ਲੂਡੋ ਲਵਰ ਅਸਤੇ ਵੀ ਹੈਗਾ ਆ ਲੂਡੋ ਦਾ ਪਤੰਗ ਐ ਜੇ ਲੂਡੋ ਦਾ ਪਤੰਗ ਕਾਫੀ ਕਰਾਈ ਆ ਡਿਜ਼ਾਈਨ ਵੀ ਕਾਫੀ ਕਰਾਈ ਤਾਰੇ ਵਾਲਾ ਪਾਇਆ ਨਹੀਂ ਆ ਨਹੀਂ ਪਾਇਆ ਬਾਕੀ ਆਪਣੀਆਂ ਪਤੰਗਾਂ ਤੇ ਬਾਂਗੀਆਂ ਆਪਣੀਆਂ ਜਿਹੜੀਆਂ ਵੀ ਆਪਾਂ ਲਈਆਂ ਆ ਭਾਜੀ ਨੇ ਕਰਦੇ ਪਛਾਣ ਟੈਸਟ ਸਟਾਕ ਕਾਫੀ ਪਿਆ ਯਾਰ ਲੁੱਡੋ ਵਾਲਾ ਜਿੱਦਾਂ ਤੁਹਾਨੂੰ ਦਿਖਾਇਆ ਇੱਕ ਸ਼ੇਰ ਵਾਲਾ ਸੀਗਾ ਤੇ ਆ ਚੀਤੇ ਵਾਲਾ ਆ ਆਹ ਥੱਲੇ ਬੈਂਟਨ ਵਾਲਾ ਵੀ ਪਿਆ ਕਿ ਆਹ ਪੂਤੜਾ ਇੱਕ ਆਹ ਅੱਖੜਾ ਇਹ ਡਿਜ਼ਾਈਨ ਕੋਈ ਹੋਰ ਆ ਅੱਗੇ ਉਹ ਅੱਖੜਾ ਆ ਆਹ ਵੀ ਕਾਫੀ ਵਧੀਆ ਆ ਵਰਾਇਟੀ ਬਹੁਤ ਆ ਨਾ ਇਹਨਾਂ ਕੋਲ ਤੁਹਾਨੂੰ ਪਤਾ ਜਿੱਦਾਂ ਕਿ ਵਲੋਗ 'ਚ ਆਪਾਂ ਇੰਨਾ ਦਿਖਾ ਨਹੀਂ ਸਕਦੇ ਜਿੰਨੀ ਵਰਾਇਟੀ ਹੁੰਦੀ ਆ ਜਿੰਨਾ ਕਿ ਵਲੋਗ ਬਣਾਉਂਦੇ ਬਾਕੀ ਹਜੇ ਤੱਕ ਦੇਖ ਰਹੇ ਹੋ ਲਾਈਕ ਸਬਸਕ੍ਰਾਈਬ दुकान ते पहुंच गए तुहानूं लगदा होना भी मैं पहला भी वीडियो च देखिया होना तुसीं ते तुहानूं लगदा ना ए राशन दी दुकान ते क्यों लिया आया ओपन पीस आप दिखाया पूरे गट्टू दिखाने असली माल कड़न गए लाला जी अंदर ਤੇ ਹਾਂਜੀ ਗਾਇਸ ਬਾਕੀ ਆ ਇਹਨਾਂ ਕੋਲ ਸਟੋਕ ਆ ਤੇ ਹੁਣ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਂਦੇ ਆ ਆਪਾਂ ਮੋਨੋਕਾਈਡ ਫਾਈਟਰ ਮੋਨੋਫਿਲ ਗੋਲਡ ਵੀ ਆ ਤੇ ਕੱਲਾ ਮੋਨੋਫਿਲ ਵੀ ਆ ਤੇ ਰੇਟ ਵੀ ਦੱਸਣਗੇ ਤੁਹਾਨੂੰ ਨਾਲ ਨਾਲ ਤੇ ਗਾਇਸ ਬਾਕੀ ਹੁਣ ਆਪਾਂ ਤੁਹਾਨੂੰ ਇੱਕ ਇੱਕ ਕੱਢ ਕੇ ਦਿਖਾਉਂਦੇ ਆ ਤੇ ਆਹ ਦੇਖ ਸਕਦੇ ਆ ਮੋਨੋਕਾਈਡ ਜਿੱਦਾਂ ਤੁਸੀਂ ਮੇਰੀ ਸ਼ਾਰਟ ਵੀਡੀਓ 'ਚ ਵੀ ਦੇਖਿਆ ਹੀ ਹੋਣਾ ਆ ਮੋਨੋਕਾਈਡ ਦਾ ਗੱਟੂ ਆ ਸਟੈਂਪ ਲੱਗੀ ਹੋਈ ਆ ਓਰੀਜਨਲ ਗੱਟੂ ਆ ਦੇਖ ਸਕਦੇ ਹੋ ਸਟੈਂਪ ਲੱਗੀ ਆ ਤੇ ਕਿੰਨੇ ਦਾ ਮਿਲੇਗਾ ਭਾਈ ਤੁਹਾਡੀ ਦੁਕਾਨ ਤੋਂ ਭਾਈ 500 ਦਾ ਮਿਲ ਜੂ ਤੁਹਾਨੂੰ ਉਦਾਂ ਯਾ ਗਾਇਜ਼ ਆ ਦੇਖ ਲਓ ਤਾਂ ਉਦਾਂ 650 ਦਾ ਗੱਟੂ ਆ ਪਰ ਤੁਹਾਨੂੰ 500 ਦਾ ਗੱਟੂ ਇਹ ਦੇ ਦੇਣਗੇ ਤੇ ਪੂਰਾ ਓਰੀਜਨਲ ਡੋਰ ਆ ਸਟੈਂਪ ਲੱਗੀ ਹੋਈ ਆ ਹਾਂਜੀ ਤੇ ਬਾਕੀ ਇਹਨਾਂ ਦੀ ਇੰਸਟਾਗ੍ਰam ਦੀ ਆਈਡੀ ਥੱਲੇ ਆ ਰਹੀ ਆ ਇਹਨਾਂ ਨੂੰ ਡੀਐਮ ਕਰਿਓ ਠੀਕ ਹੈ ਜੇ ਕਿਸੇ ਨੇ ਲੈਣਾ ਹੋਵੇ ਤੇ ਗਾਇਜ਼ ਹੋਣਾ ਬਾਕੀ ਮੋਨੋਫਿਲ ਦੀ ਤੇ ਇਹ 250 ਦਾ ਦੇਣਗੇ ਤੇ ਬਾਕੀ ਸਟੈਂਪ ਲੱਗੀ ਹੋਈ ਆ ਓਰੀਜਨਲ ਹੀ ਆ ਵੀ ਤੇ ਅਗਲਾ ਹੁਣ ਪੀਸ ਕੱਢ ਦੇ ਅਗਲਾ ਕਿਹੜਾ ਪੀਸ ਆ ਤੇ ਗਾਇਜ਼ ਹੁਣ ਅਗਲਾ ਪੀਸ ਆ ਇਹਨਾਂ ਕੋ ਯਾਰ ਮੋਨੋਫਿਲ ਗੋਲਡ ਹੈ ਤੇ ਪੂਰੀ ਸਟੈਂਪ ਲੱਗੀ ਹੋਈ ਹੈ ਮੋਨੋਫਿਲ ਗੋਲਡ ਦੇ ਗੱਟੂ ਨੂੰ
ਅਭੀ ਓਰੀਜਨਲ ਪੀਸ ਆ ਤੇ ਇਹਦੇ ਤੇ ਭਾਈ ਕਿੰਨੇ ਕ ਪੀਸ ਲੈ ਕੇ ਆਈ ਹੈ ਗਾਇਸ ਬਾਕੀ ਯਾਰ ਇੰਨੇ ਕ ਗੱਟੂ ਸੀਗੇ ਤੁਸੀਂ ਦੇਖ ਲਿਆਉਣਾ ਆ ਤੇ ਇੱਥੇ ਤੱਕ ਦੇ ਵਲੌਗ ਦੇਖਿਆ ਤੁਸੀਂ ਤੁਹਾਨੂੰ ਵਧੀਆ ਲੱਗਿਆ ਹੈ ਤੱਕ ਵਲੌਗ ਤੇ ਲਾਈਕ ਕਮੈਂਟ ਫੋਲੋ ਸਬਸਕ੍ਰਾਈਬ ਸਾਰਾ ਕੁਝ ਕਰ ਦਿਆ ਤੇ ਇਹਨਾਂ ਦੀ ਆਈਡੀ ਥੱਲੇ ਆ ਰਹੀ ਆ ਇਹਨਾਂ ਨੂੰ ਡੀਐਮ ਕਰ ਲਿਓ ਜਿਨ੍ਹਾਂ ਨੇ ਵੀ ਬਾਏ ਕਰਨੇ ਹੁਣ ਠੀਕ ਹੈ ਭਾਈ ਤੇ ਬਾਕੀ ਮਿਲਦੇ ਹਾਂ ਇੱਥੇ ਨੈਕਸਟ ਵਲੌਗ 'ਚ ਚੰਗਾ।